ਸੋ ਅੱਜ ਆਪਾਂ ਗੱਲ ਜਰਮਨੀ ਸਟੱਡੀ ਵੀਜ਼ਾ ਦੀ ਕਰਨ ਜਾ ਰਹੇ ਹਾਂ ਕਿਉਂਕਿ ਇੱਥੇ ਵੀ ਸਟੂਡੈਂਟਸ ਨੂੰ ਢੇਰ ਸਾਰੀਆਂ ਚੰਗੀਆਂ ਆਪਸ਼ਨਸ ਮਿਲ ਰਹੀਆਂ ਨੇ। ਫੀਸ ਨੂੰ ਲੈ ਕੇ ਕੀ ਪ੍ਰੋਸੀਜਰ ਹੋਏਗਾ, ਕਿਸ ਤਰ੍ਹਾਂ ਦੇ ਬੈਨੀਫਿਟ ਤੁਹਾਨੂੰ ਇੱਥੇ ਮਿਲ ਸਕਦੇ ਨੇ, ਕਿਹੜੇ ਇਨਟੇਕ ਲਈ ਤੁਸੀਂ ਅਪਲਾਈ ਕਰਨਾ ਹੈ, ਕੰਪਲੀਟ ਇਨਫੋਰਮੇਸ਼ਨ ਅੱਜ ਦੀ ਵੀਡੀਓ ਵਿੱਚ ਰਹਿਣ ਵਾਲੀ ਹੈ, ਔਰ ਕਿਹੜੇ ਸਟੂਡੈਂਟਸ ਲਈ ਇਹ ਬੈਸਟ ਆਪਸ਼ਨ ਆਪਾਂ ਅੱਜ ਦੇ ਟਾਈਮ ਦੇ ਵਿੱਚ ਮੰਨ ਸਕਦੇ ਹਾਂ। ਇੱਥੇ ਸਟੂਡੈਂਟ ਜ਼ਰੂਰ ਗੌਰ ਦੇ ਨਾਲ ਪੂਰੀ ਵੀਡੀਓ ਵੇਖਣ, ਆਪਣੇ ਹੋਰ ਫਰੈਂਡਸ ਨੂੰ ਵੀ ਤੁਸੀਂ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਸਕਦੇ ਹੋ, ਜਿਹੜੇ ਕਿ ਹਲੇ ਸੋਚ ਰਹੇ ਨੇ ਕਿ ਸਾਨੂੰ ਕੋਈ ਹੋਰ ਚੰਗੀ ਆਪਸ਼ਨ ਬਾਰੇ ਵੀ ਇਨਫੋਰਮੇਸ਼ਨ ਮਿਲ ਜਾਏ ਤਾਂ ਅਸੀਂ ਉਸਦੇ ਬਾਰੇ ਸਟੱਡੀ ਵੀਜ਼ਾ ਬਾਰੇ ਸੋਚ ਸਕੀਏ। ਤਾਂ ਇਹ ਇਨਫੋਰਮੇਸ਼ਨ ਬੜੀ ਹੀ ਖਾਸ ਰਹਿਣ ਵਾਲੀ ਹੈ ਸਾਰੇ ਸਟੂਡੈਂਟਸ ਲਈ, ਔਰ ਇਹ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਮੈਮ, ਜਿੱਥੇ ਆਪਾਂ ਹਮੇਸ਼ਾ ਸਟੂਡੈਂਟਸ ਦੀ ਕੁਐਰੀਜ਼ ਹਮੇਸ਼ਾ ਆਪਾਂ ਦੇਖਦੇ ਰਹੇ, ਕੈਨੇਡਾ, ਆਸਟ੍ਰੇਲੀਆ, ਯੂਕੇ ਨੂੰ ਲੈ ਕੇ ਤਾਂ ਰਹਿੰਦੀਆਂ, ਪਰ ਅੱਜ ਦੇ ਟਾਈਮ ਵਿੱਚ ਮੈਂ ਸਾਡੇ ਕੋਲ ਵੀ ਢੇਰ ਸਾਰੇ ਸਵਾਲ ਜਰਮਨੀ ਸਟੱਡੀ ਵੀਜ਼ਾ ਨੂੰ ਲੈ ਕੇ ਵੀ ਨੇ, ਤਾਂ ਮੈਂ ਜ਼ਰੂਰ ਚਾਹੂੰਗੀ ਕਿ ਕਿਉਂ ਨਾ ਅੱਜ ਦੀ ਵੀਡੀਓ ਵਿੱਚ ਆਪਾਂ ਪੂਰਾ ਸਟੂਡੈਂਟਸ ਨੂੰ ਸਮਝਾ ਸਕੀਏ, ਚਾਹੇ ਇਨਟੇਕ ਦੀ ਗੱਲ ਹੈ, ਫੀਸ ਪ੍ਰੋਸੀਜਰ ਦੀ ਗੱਲ ਹੈ, ਪੂਰੇ ਪ੍ਰੋਸੈਸ ਦੀ ਗੱਲ ਕਰ ਲਈਏ, ਕਿਸ ਤਰ੍ਹਾਂ ਦੇ ਬੈਨੀਫਿਟ ਸਟੂਡੈਂਟ ਨੂੰ ਮਿਲ ਸਕਦੇ ਨੇ, ਔਰ ਕਿਹੜੀਆਂ ਗਲਤੀਆਂ ਸਟੂਡੈਂਟ ਨਾ ਕਰਨ, ਔਰ ਕਿਹੜੇ ਸਟੂਡੈਂਟ ਨੂੰ ਰਾਈਟ ਟਾਈਮ 'ਤੇ ਹੁਣ ਅਪਲਾਈ ਕਰ ਲੈਣਾ ਚਾਹੀਦਾ ਅਤੇ ਚੰਗੇ ਰਿਜ਼ਲਟ ਉਹਨਾਂ ਨੂੰ ਮਿਲ ਸਕਦੇ ਨੇ। ਹਰਜੋਤ, ਦੇਖੋ ਜਿਹੜਾ ਜਰਮਨ ਹੈ ਉਹਦੇ ਵਾਸਤੇ ਸਟੂਡੈਂਟ ਹਮੇਸ਼ਾ ਦੇ ਵਾਸਤੇ ਚਾਹਵਾਨ ਰਿਹਾ, ਬਿਕੋਜ਼ ਟੈਕਨੋਲੋਜੀ ਦੇ ਕੋਰਸਿਸ ਜਰਮਨੀ ਤੋਂ ਬੈਸਟ ਕੋਈ ਨਹੀਂ ਦੇ ਸਕਦਾ। ਇੰਡੀਅਨ ਰੋਡ 'ਤੇ ਮੈਕਸੀਮਮ ਗੱਡੀਆਂ ਜਿਹੜੀ ਸਭ ਤੋਂ ਵਧੀਆ ਚੱਲਦੀਆਂ, ਤੁਸੀਂ ਕੋਈ ਮਰਜ਼ੀ ਗੱਡੀ ਦਾ ਨਾਮ ਲੈ ਲਓ, ਸਾਰੀ ਜਰਮਨੀ ਦੀ ਮੇਡ ਹੁੰਦੀ ਹੈ, ਰਾਈਟ। ਟੈਕਨੋਲੋਜੀ ਦੇ ਵਿੱਚ ਮੈਂ ਤਾਂ ਹੀ ਕਹਿ ਰਹੀ ਹਾਂ, ਆਟੋਮੋਬਾਈਲ ਇੰਜੀਨੀਅਰਿੰਗ ਹੋ ਗਿਆ, ਇੰਜੀਨੀਅਰਿੰਗ, ਈਵਨ ਆਈ ਟੀ, ਨਰਸਿੰਗ ਇਸ ਟਾਈਮ ਜਰਮਨੀ ਦੇ ਵਿੱਚ ਜ਼ਿਆਦਾ ਪਾਪੂਲਰ ਹੈ ਸ਼ੁਰੂ ਤੋਂ ਹੀ। ਪਬਲਿਕ ਯੂਨੀਵਰਸਿਟੀਆਂ ਉੱਥੇ ਆਲਮੋਸਟ ਫਰੀ ਹੁੰਦੀਆਂ, ਪਰ ਪਬਲਿਕ ਯੂਨੀਵਰਸਿਟੀ ਦੇ ਵਾਸਤੇ ਤੁਹਾਨੂੰ ਜਿਹੜਾ ਹੈ ਲੈਂਗੁਏਜ ਕੋਰਸ ਕਰਨਾ ਪੈਂਦਾ B2 ਲੈਵਲ ਦਾ। B2 ਲੈਵਲ ਕਰਦੇ ਕਰਦੇ ਇੱਕ ਲੈਵਲ ਦੇ ਵਿੱਚ ਕੋਈ 3 ਮਹੀਨੇ ਲੱਗ ਜਾਂਦੇ ਆ, ਅਤੇ 12 ਕੁ ਮਹੀਨੇ ਸਟੂਡੈਂਟ ਨੂੰ ਲੱਗ ਜਾਂਦੇ ਆ। +2 ਵਾਲਾ ਸਟੂਡੈਂਟ 13 ਈਅਰਸ ਦੀ ਐਜੂਕੇਸ਼ਨ ਹੋਏ, ਔਰ ਗ੍ਰੈਜੂਏਸ਼ਨ ਵਾਲਾ B.Tech ਕੀਤੀ ਹੋਏ, ਅਤੇ ਫਿਰ ਤੁਸੀਂ ਫਰੀ ਐਜੂਕੇਸ਼ਨ ਦੇ ਵਿੱਚ ਜਾ ਸਕਦੇ ਹੋ, ਜਾਂ 15 ਈਅਰ ਦੀ ਐਜੂਕੇਸ਼ਨ ਦੇ ਨਾਲ ਵੀ ਕੁਛ ਯੂਨੀਵਰਸਿਟੀਆਂ ਜਿਹੜੀ ਤੁਹਾਨੂੰ, ਜਦ ਤੁਹਾਡੇ ਪਰਸੈਂਟੇਜ ਬਹੁਤ ਅੱਛੀ ਹੈ, ਆਈਲਟਸ ਬਹੁਤ ਅੱਛਾ ਹੈ, ਉਹ ਦੇ ਸਕਦੀਆਂ, ਬਟ ਤੁਹਾਡੇ ਕੋਲ ਪੇਸ਼ੈਂਸ ਹੋਣਾ ਚਾਹੀਦਾ ਇੰਨਾ ਕੁ ਵੇਟ ਕਰਨ ਦਾ, ਕਿਉਂਕਿ ਫਰੀ ਕੋਈ ਚੀਜ਼ ਵੀ ਫਰੀ ਨਹੀਂ ਮਿਲਦੀ, ਉਹਨਾਂ ਦਾ ਇੱਕ ਸਿਲੈਕਸ਼ਨ ਪ੍ਰੋਸੈਸ ਹੁੰਦਾ, ਉਸ ਪ੍ਰੋਸੈਸ 'ਚ ਤੁਹਾਡਾ ਨਾਮ ਆਉਣਾ ਚਾਹੀਦਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਣੇ ਕੋਲ ਇੰਨਾ ਪੇਸ਼ੈਂਸ ਨਹੀਂ ਹੈ, ਆਪਾਂ 1 ਈਅਰ ਲੈਂਗੁਏਜ ਕੋਰਸ ਨਹੀਂ ਕਰ ਸਕਦੇ, ਬਟ ਇਮੀਡੀਏਟ ਜਾਣਾ, ਔਰ ਬਟ ਉਹ ਅੱਛੀ ਯੂਨੀਵਰਸਿਟੀਆਂ ਸਿਲੈਕਟ ਕਰਨੀ ਪੈਣੀਆਂ, ਉਹ ਪੇਡ ਹੋਣਗੀਆਂ, ਨੋ ਡਾਊਟ। ਫੀਸ ਇਕਨੋਮੀਕਲ ਹੁੰਦੀ ਹੈ, 10-12 ਹਜ਼ਾਰ ਯੂਰੋ, 8 ਹਜ਼ਾਰ ਯੂਰੋ, ਬਟ ਇਹ ਤੁਸੀਂ ਯਕੀਨ ਰੱਖੋ, ਯੂਨੀਵਰਸਿਟੀਆਂ ਬਹੁਤ ਅੱਛੀ ਯੂਨੀਵਰਸਿਟੀਆਂ ਜਰਮਨੀ ਦੀ। ਟੈਕਨੋਲੋਜੀ ਕੋਰਸਿਸ ਦੇ ਵਾਸਤੇ ਮੈਂ ਤੁਹਾਨੂੰ ਦੱਸ ਰਹੀ ਹਾਂ, ਬੈਚੁਲਰ ਵਾਸਤੇ ਜਾਣਾ, ਬਿਜ਼ਨਸ ਹੋ ਗਿਆ, ਹੈਲਥ ਰਿਲੇਟਿਡ ਕੋਰਸਿਸ ਹੋ ਗਏ, ਤੁਸੀਂ ਉਹਨਾਂ ਦੇ ਵਿੱਚ ਜਾ ਸਕਦੇ ਹੋ, ਜਾਂ ਇੰਜੀਨੀਅਰਿੰਗ। ਹੁਣ ਆ ਗਿਆ ਤੁਸੀਂ ਮਾਸਟਰਸ ਕਰਨਾ ਚਾਹੁੰਦੇ ਹੋ, MSc ਬਿਗ ਡਾਟਾ ਐਂਡ ਬਿਜ਼ਨਸ ਐਨਾਲਿਟਿਕ, ਰਾਈਟ। ਇਹ ਦੇਖੋ ਕੋਰਸ ਪੂਰੀ ਹਰ ਕੰਟਰੀ ਦੇ ਵਿੱਚ ਬਿਗ ਡਾਟਾ ਇਸ ਟਾਈਮ ਕਿੰਨਾ ਚੱਲ ਰਿਹਾ, ਸਟੂਡੈਂਟ ਨੂੰ ਸਰਚ ਕਰਨਾ ਚਾਹੀਦਾ ਇਸ ਕੋਰਸ ਦੇ ਬਾਰੇ, ਕਿਉਂਕਿ ਹਰ ਜ਼ਮਾਨਾ ਇਸ ਟਾਈਮ ਡਾਟਾ ਦਾ, ਕੋਈ ਵੀ ਡਾਟਾ ਐਨਾਲਿਸਿਸ ਕਰਨਾ, ਉਸ ਡਾਟਾ ਦੇ ਕੰਪੈਰੀਜ਼ਨ ਹੁੰਦੇ ਆ। ਮੇਰੀ ਇੰਨੀ ਕੁ ਛੋਟੀ ਵੀਡੀਓ ਸ਼ਾਇਦ ਸਮਝ ਨਹੀਂ ਆਏਗਾ, ਬਟ ਯੂ ਹੈਵ ਟੂ ਸਰਚ, ਤੁਸੀਂ ਸਰਚ ਕਰੋ ਇਸ ਕੋਰਸ ਦਾ ਕਿੰਨਾ ਜ਼ਿਆਦਾ ਸਕੋਪ ਹੈ। ਹੁਣ ਜਿਹੜੇ ਬੱਚੇ ਨੇ B.Tech ਮਕੈਨੀਕਲ ਕੀਤੀ ਹੋਈ ਹੈ, ਇਲੈਕਟ੍ਰੋਨਿਕਸ ਕੀਤੀ ਹੋਈ ਹੈ, ਜਾਂ IT 'ਚ ਕੀਤੀ ਹੋਈ ਹੈ, ਉਹ MSc ਇੰਡਸਟਰੀ 4 ਐਂਡ ਮੈਨੇਜਮੈਂਟ ਲੈਣ, ਜਿਹਦੇ ਵਿੱਚ ਮੈਨੇਜਮੈਂਟ, IT ਐਂਡ ਇੰਡਸਟਰੀ ਦੇ ਰਿਲੇਟਡ ਜਿਹੜਾ ਸਬਜੈਕਟਸ ਹੈ। ਇਹ ਜਿਹੜੇ ਬੱਚੇ ਆ ਇਹਨਾਂ ਦੇ ਕਾਫੀ ਹਾਈ ਪੇ ਹੁੰਦੀ ਹੈ, IT ਦੇ ਮਾਸਟਰਸ ਲੈ ਸਕਦੇ ਆ, ਇਲੈਕਟ੍ਰੀਕਲ ਦੇ ਮਾਸਟਰਸ ਲੈ ਸਕਦੇ ਆ। ਜਿਹੜੀ ਫੀਸ ਹੈ 8,000 ਯੂਰੋ ਤੋਂ ਲੈ ਕੇ 11-12 ਹਜ਼ਾਰ ਯੂਰੋ ਪਰ ਐਨਮ। IELTS ਤੁਹਾਨੂੰ ਐਡਮਿਸ਼ਨ ਵਾਸਤੇ ਨਹੀਂ ਚਾਹੀਦੀ ਹੈ, ਬਟ ਵੀਜ਼ਾ ਪਰਪਜ ਵਾਸਤੇ ਵੀ ਰਿਕਮੈਂਡ 5.5 ਬੈਂਡ IELTS ਜ਼ਰੂਰ ਲਓ ਤੁਸੀਂ, ਔਰ ਅੱਛੀ IELTS ਲੈ ਲਓਗੇ ਅਤੇ ਤੁਹਾਡਾ ਉਨਾ ਹੀ ਜ਼ਿਆਦਾ ਵੀਜ਼ਾ ਦਾ ਸਕੋਪ ਹੈ। ਵੀਜ਼ਾ ਰਿਜੈਕਸ਼ਨ ਚਾਂਸਿਸ ਬਹੁਤ ਘੱਟ ਹੈ, ਕਿਉਂਕਿ ਇੱਥੇ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੇ ਆ ਪਹਿਲੇ, ਉਹਦੇ ਬਾਅਦ ਤੁਹਾਡਾ ਬਲੋਕ ਅਕਾਊਂਟ ਹੈ। ਜੇ ਤੁਸੀਂ 1 ਈਅਰ ਦਾ 11,230 ਬਲੋਕ ਅਕਾਊਂਟ 'ਚ ਜਾਣਾ, ਔਰ ਤੁਹਾਡੀ ਜਦ ਫੀਸ ਚਲੀ ਗਈ 1 ਈਅਰ ਦੀ, ਤਾਂ ਕੋਈ ਫਾਈਨੈਂਸ਼ੀਅਲ ਡਾਕੂਮੈਂਟ ਵੀ ਨਹੀਂ ਦਿਖਾਉਣਾ, ਅਤੇ ਉਹ ਵੀ ਸਿਰਦਰਦੀ ਖਤਮ ਹੋ ਗਈ। ਹੁਣ ਤੁਸੀਂ ਜਿਹੜਾ ਬਲੋਕ ਅਕਾਊਂਟ 'ਚ ਪੈਸਾ ਪਾਇਆ ਹੋਇਆ, ਉਹਦੇ ਨਾਲ ਤੁਹਾਨੂੰ ਕੋਈ ਸਟ੍ਰੈਸ ਨਹੀਂ ਹੈ ਕਿ ਉੱਥੇ ਜਾ ਕੇ
ਤੁਸੀਂ ਜਾਣ ਦੇ ਸਾਰ ਕਮਾਓਗੇ ਤੇ ਫਿਰ ਤੁਹਾਨੂੰ ਲਿਵਿੰਗ ਐਕਸਪੈਂਸਿਸ, ਕਿਉਂਕਿ ਗਵਰਨਮੈਂਟ ਨਿਸ਼ਚਿੰਤ ਹੋ ਗਈ ਹੈ ਕਿ ਤੁਹਾਡੇ ਕੋਲ ਪੈਸਾ ਆਪਣੇ ਲਿਵਿੰਗ ਕੋਸਟ ਦਾ, ਤੁਸੀਂ ਘਰੋਂ ਲੈ ਕੇ ਆਏ ਹੋ ਔਰ ਜਦ ਤੱਕ ਤੁਹਾਡਾ ਪੈਸਾ ਹੈ ਤੁਸੀਂ ਚੰਗੀ ਤਰ੍ਹਾਂ ਉੱਥੇ ਸੈਟਲ ਹੋ ਸਕਦੇ ਹੋ ਥੋੜ੍ਹਾ ਜਿਹਾ ਆਪਣਾ, ਕਿਉਂਕਿ ਕੋਈ ਵੀ ਬੱਚਾ ਜਿਹੜਾ ਬਾਹਰੋਂ ਜਾਂਦਾ ਹੈ ਉਹਨੂੰ 2-4-5 ਮਹੀਨੇ ਲੱਗਦੇ ਆ ਲੋਕਲ ਸੁਸਾਇਟੀ ਦੇ ਵਿੱਚ, ਲੋਕਲ ਕਮਿਊਨਿਟੀ ਦੇ ਵਿੱਚ ਇਨਵੋਲਵ ਹੋਣ 'ਚ, ਜਦ ਤੱਕ ਤੁਸੀਂ ਆਪਣੀ ਜੋਬ ਆਪਣੀ ਸਰਚ ਕਰ ਸਕਦੇ ਹੋ ਔਰ ਅੱਗੇ ਦੀ ਕੋਈ ਫੀਸ ਫੂਸ ਹੈ ਤਾਂ, ਕਿਉਂਕਿ ਜੇ 2 ਸਾਲ ਦੀ ਮਾਸਟਰਸ ਹੈ ਨੈਚੁਰਲ ਅਗਲੇ ਸਾਲ ਦੀ, ਔਰ ਜੇ ਨਹੀਂ ਹੈ 1.5-1.5 ਸਾਲ ਦੀ ਹੈ ਫਿਰ ਕੋਈ ਇੰਨੀ ਲੰਬੀ ਚੌੜੀ ਫੀਸ ਨਹੀਂ ਰਹਿ ਜਾਂਦੀ ਹੈ। ਜੋਬ ਸਰਚ ਵੀਜ਼ਾ ਤੁਹਾਨੂੰ ਕਾਫੀ ਲੰਬਾ ਮਿਲਦਾ ਜਰਮਨੀ ਦੇ ਵਿੱਚ, ਆਲਮੋਸਟ 3 ਈਅਰਸ ਦਾ ਵੀ ਮਿਲਦਾ ਔਰ ਆਈ ਟੀ ਦੇ ਕੋਰਸਿਸ ਦੇ ਵਾਸਤੇ ਤਾਂ ਆਈ ਟੀ ਬੀਟੈਕ ਜਿਨ੍ਹਾਂ ਨੇ ਕੀਤੀ ਹੋ ਆਈ ਟੀ ਦੇ ਵਿੱਚ ਜਾਂ BSc IT ਅਤੇ ਉਹ ਬੱਚਿਆਂ ਨੂੰ ਤਾਂ 6 ਮੰਥ ਦਾ ਜੋਬ ਸਰਚ ਵੀਜ਼ਾ ਵੀ ਮਿਲ ਰਿਹਾ। ਮਤਲਬ ਤੁਸੀਂ ਇਹ ਦੇਖੋ, ਖਾਲੀ ਇੱਕ ਬਲੋਕ ਅਕਾਊਂਟ ਨੂੰ ਆਪਾਂ ਛੱਡ ਦਈਏ ਤਾਂ ਕੋਈ ਇੰਨੀ ਲੰਬੀ ਚੌੜੀ ਫੀਸ ਨਹੀਂ ਹੈ। ਇੰਗਲਿਸ਼ ਮੀਡੀਅਮ ਕੋਲਜ ਯੂਨੀਵਰਸਿਟੀ 'ਚ ਜਾ ਰਹੇ ਆ ਤਾਂ ਕੋਈ ਲੈਂਗੁਏਜ ਬਾਹਰ ਨਹੀਂ ਇਹਨਾਂ ਨੂੰ ਆ ਰਿਹਾ, ਠੀਕ ਹੈ। ਔਰ ਇੰਨਾ ਜ਼ਿਆਦਾ ਬੱਚਾ ਨਹੀਂ ਗਿਆ ਕਿ ਤੁਹਾਨੂੰ ਇਹ ਲੱਗੇ ਕਿ ਉੱਥੇ ਜਾ ਕੇ ਕੰਮ ਨਹੀਂ ਮਿਲਣਾ, ਸਾਡੀ ਉੱਥੇ ਮਤਲਬ ਐਡਜਸਟਮੈਂਟ ਕਿੱਦਾਂ ਹੋਏਗੀ, ਬਿਕੋਜ਼ ਇੰਡੀਅਨ ਹਰ ਜਗ੍ਹਾ ਔਰ ਜਰਮਨੀ ਇਜ਼ ਅ ਬਿਗ ਕੰਟਰੀ ਜਿੱਥੇ ਟੈਕਨੋਲੋਜੀ ਦਾ ਸਭ ਤੋਂ ਜ਼ਿਆਦਾ ਰਿਹਾ। ਜੇ ਤੁਸੀਂ ਈਵਨ ਤੁਸੀਂ ਇਵੈਂਟ ਮੈਨੇਜਮੈਂਟ ਹੋਸਪਿਟੈਲਿਟੀ ਮੈਨੇਜਮੈਂਟ ਵੀ ਕਰਦੇ ਹੋ, ਉਹ ਵੀ ਕੋਰਸਿਸ ਉੱਥੇ ਬਹੁਤ ਅੱਛੇ ਮਿਲ ਜਾਂਦੇ ਅੰਡਰ ਗ੍ਰੈਡ ਲੈਵਲ ਦੇ। ਗ੍ਰੈਜੂਏਸ਼ਨ ਲੈਵਲ 'ਤੇ ਮੈਂ ਤੁਹਾਨੂੰ ਦੱਸ ਹੀ ਦਿੱਤੇ, ਮਾਸਟਰਸ ਕੋਰਸਿਸ ਬਹੁਤ ਅੱਛੇ ਆ, ਜੋਬ ਸਰਚ ਵੀਜ਼ਾ ਬਹੁਤ ਅੱਛਾ ਹੈ। ਜਿਹੜੀ ਆਇਲਸ ਦੀ ਕੋਈ ਇੰਨੀ ਲੰਬੀ ਚੌੜੀ ਰਿਕੁਆਇਰਮੈਂਟ ਨਹੀਂ ਹੈ ਕਿ 6.57 ਚਾਹੀਦਾ, ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ 'ਤੇ ਵੀ ਤੁਸੀਂ ਜਾ ਸਕਦੇ ਹੋ, ਬਟ ਵੀ ਰਿਕਮੈਂਡ ਫੋਰ ਵੀਜ਼ਾ ਪਰਪਜ਼ ਕਿ ਤੁਹਾਡੇ ਮਿਨੀਮਮ ਜਾਂ 5.5 ਹੁੰਦੇ ਹੈ ਅਤੇ ਤੁਹਾਨੂੰ ਵੀਜ਼ਾ ਚਾਂਸਿਸ ਬਹੁਤ ਅੱਛੇ ਹੈ। ਫੰਡਸ ਕੋਈ ਲੰਬੇ ਚੌੜੇ ਆਪਾਂ ਸ਼ੋ ਨਹੀਂ ਕਰਨੇ ਹੈ, ਐਂਡ ਜਿਹੜਾ ਡਿਸਟੈਂਸ ਹੈ ਇੰਡੀਆ ਤੋਂ ਜਸਟ 7-8 ਆਵਰਸ ਹੈ, ਅਤੇ ਮਤਲਬ 8 ਘੰਟੇ ਦੀ ਤੁਹਾਡੀ ਫਲਾਈਟ ਹੈ ਅਤੇ ਉਹਦੇ ਵਿੱਚ ਤੁਸੀਂ ਘਰੋਂ ਵੀ ਬਹੁਤ ਨੇੜੇ ਹੋ, ਇੰਨੀ ਦੂਰ ਨਹੀਂ ਹੋ। ਸ਼ੈਨੇਗਨ ਕੰਟਰੀ ਹੈ ਔਰ ਜਰਮਨੀ ਦੀ ਇਕੋਨਮੀ ਸਾਨੂੰ ਪਤਾ ਕਿ ਸਭ ਤੋਂ ਅੱਛੀ ਇਕੋਨਮੀ ਹੈ। ਸ਼ੈਨੇਗਨ ਕੰਟਰੀਆਂ ਨੂੰ, ਹੋਰ ਯੂਰੋਪੀਅਨ ਕੰਟਰੀਆਂ ਨੂੰ ਜਦ ਵੀ ਕੋਈ ਪ੍ਰੋਬਲਮ ਆਉਂਦੀ ਹੈ ਜਰਮਨੀ ਹੀ ਫਾਈਨੈਂਸ਼ੀਅਲ ਹੈਲਪ ਕਰਦਾ, ਇਕਨੋਮਿਕਲੀ ਇੰਨੇ ਸਟਰੋਂਗ ਹੈ। ਤਾਂ ਆਈ ਥਿੰਕ ਦਿਸ ਕੈਨ ਬੀ ਦਾ ਬੈਸਟ ਆਪਸ਼ਨ ਫੋਰ ਦਾ ਸਟੂਡੈਂਟ ਜਿਹੜੀ ਹਜੇ ਇਸ ਟਾਈਮ ਬੜਾ ਬੱਚਾ ਕਨਫਿਊਜ਼ਡ ਹੈ ਕਿ ਮੈਂ ਕਿੱਧਰ ਜਾਵਾਂ, ਜਰਮਨੀ ਇਜ਼ ਦਾ ਬੈਸਟ ਆਪਸ਼ਨ ਫੋਰ ਦੈਮ। ਜੀ 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 ਬਿਲਕੁਲ ਸਹੀ ਗੱਲ ਹੈ। ਸੋ ਮੈਂ ਦੇਖੋ ਜ਼ਰੂਰ ਸਟੂਡੈਂਟਸ ਨੂੰ, ਜਿਵੇਂ ਕਿ ਮੈਮ ਨੇ ਵੀ ਕਿਹਾ ਕਿ ਖੁਦ ਵੀ ਸਟੂਡੈਂਟ ਰਿਸਰਚ ਵਰਕ ਇਸ ਉੱਪਰ ਕਰ ਸਕਦੇ ਨੇ, ਉਹ ਡਿਟੇਲ ਵਿੱਚ ਜ਼ਰੂਰ ਅਗਰ ਤੁਸੀਂ ਜਾਣਨਾ ਚਾਹੋ ਤਾਂ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਪੂਰੇ ਐਡਮਿਸ਼ਨ ਦੇ ਪ੍ਰੋਸੈਸ ਨੂੰ ਸਮਝ ਸਕਦੇ ਹੋ। ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਮੈਮ, ਕਿਹੜੇ ਇਨਟੇਕ ਲਈ ਹੁਣ ਅਪਲਾਈ ਕੀਤਾ ਜਾ ਸਕਦਾ? ਦੇਖੋ ਹੁਣ ਜਿਹੜਾ ਸੈਪਟੈਂਬਰ ਜਾਂ ਅਕਤੂਬਰ ਇਨਟੇਕ ਹੈ, ਕੁਝ ਕਾਲਜਿਸ ਦਾ ਸੈਪਟੈਂਬਰ ਕਿਸ ਮਤਲਬ ਸੈਪਟੈਂਬਰ ਲਾਸਟ ਹੁੰਦਾ ਤਾਂ ਸੈਪਟੈਂਬਰ ਕਹਿ ਦਿੰਦੇ ਹਾਂ, ਅਕਤੂਬਰ ਫਸਟ ਵੀਕ 'ਚ ਹੁੰਦਾ ਅਤੇ ਅਕਤੂਬਰ ਕਹਿ ਦਿੰਦੇ ਹਾਂ, ਇਨਟੇਕ ਇਹੀ ਹੈ। ਇੱਕ ਗੱਲ ਦਾ ਬੱਚੇ ਧਿਆਨ ਰੱਖਣ ਕਿ ਕੋਈ ਵੀ ਕਹਿ ਦਿੰਦਾ ਹੈ ਕਿ ਯੂਰਪ ਨੋ, ਤੁਸੀਂ ਐਕਸਪੀਰੀਅੰਸਡ ਜਿਹੜੇ ਸਲਾਹਕਾਰ ਹੈ ਉਹਨਾਂ ਦੇ ਨਾਲ ਹੀ ਮਿਲੋ, ਕਿਉਂਕਿ ਤੁਹਾਡੀ ਫਾਈਲ ਖਰਾਬ ਹੋਣ 'ਚ 1 ਮਿੰਟ ਦਾ ਟਾਈਮ ਨਹੀਂ ਲੱਗਦਾ। ਬਹੁਤ ਸਾਡੇ ਕੋਲ ਕੰਪਲੇਂਟ ਆਉਂਦੀਆਂ ਕਿ ਬੱਚਿਆਂ ਨਾਲ ਠੱਗੀ ਹੋ ਗਈ ਜਾਂ ਫਾਈਲ ਖਰਾਬ ਹੋ ਗਈ। ਮੈਨੂੰ ਅੱਜ ਕੰਮ ਕਰਦੇ 27 ਸਾਲ ਹੋ ਗਏ ਹੈ ਔਰ ਬਹੁਤ ਪੁਰਾਣੇ ਕੰਮ ਕਰ ਰਹੇ ਹਾਂ, ਸਾਡੇ ਇੱਥੇ ਕੋਈ ਯੂਨੀਵਰਸਿਟੀ ਦੀ ਫੀਸ ਕਦੀ ਕੈਸ਼ ਨਹੀਂ ਲਿੱਤੀ ਜਾਂਦੀ। ਸਟੂਡੈਂਟ ਆਪ ਜਦ ਆਫਰ ਲੈਟਰ ਆ ਜਾਂਦੀ ਹੈ ਉਹਦੇ ਬਾਅਦ ਉਹ ਯੂਨੀਵਰਸਿਟੀ 'ਚ ਡਿਪੋਜ਼ਿਟ ਕਰਾਉਂਦਾ। ਬੜਾ ਟਰਾਂਸਪੇਰੈਂਟ ਸਿਸਟਮ ਹੈ, ਕੋਈ ਛੋਟੇ ਮੋਟੇ ਕਾਲਜ 'ਚ ਨਹੀਂ ਕਰਾਇਆ ਜਾਂਦਾ, ਉਹਦੀ ਕੋਈ ਫੀਸ ਖਰਾਬ ਹੋ ਜਾਏ, ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੋ ਜਾਏ। ਇਹ ਜਿਹੜਾ ਸਟੱਡੀ ਵੀਜ਼ਾ ਹੈ ਬੱਚੇ ਦੇ ਕੈਰੀਅਰ ਦਾ ਕੰਮ ਹੈ ਔਰ ਬੱਚੇ ਦੇ ਪੇਰੈਂਟਸ ਦੀ ਹਾਰਡ ਅਰਨ ਇਨਕਮ ਹੈ, ਇਹ ਨੈਵੀਗੇਟਰ ਹਮੇਸ਼ਾ ਧਿਆਨ ਰੱਖਦਾ। ਜੀ 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 ਬਿਲਕੁਲ। ਸੋ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੋ, ਜਿਵੇਂ ਕਿ ਮੈਂ ਹਮੇਸ਼ਾ ਗੱਲ ਕਰਦੀ ਹਾਂ, ਟੇਰੋ ਬੱਚਿਆਂ ਨੂੰ ਸਹੀ ਗਾਈਡੈਂਸ ਦਿੱਤੀ ਹੈ ਔਰ ਉਹਨਾਂ ਨੇ ਆਪਣਾ ਫਿਊਚਰ ਜੋ ਹੈ ਬ੍ਰਾਈਟ ਕੀਤਾ ਉਸ ਸਲਾਹ ਦੇ ਨਾਲ। ਤੁਸੀਂ ਵੀ ਉਹਨਾਂ ਵਿੱਚ ਇੱਕ ਹੋ ਸਕਦੇ ਹੋ ਟਾਈਮਲੀ, ਜੇਕਰ ਤੁਸੀਂ ਗਾਈਡੈਂਸ ਲੈਂਦੇ ਹੋ ਮੈਮ ਤੋਂ। ਔਰ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ। ਬਹੁਤ ਬਹੁਤ ਥੈਂਕਸ ਮੈਮ, ਤੁਸੀਂ ਸਟੂਡੈਂਟਸ ਨੂੰ ਬਹੁਤ ਚੰਗੇ ਢੰਗ ਨਾਲ ਅਜੇ ਇਸ ਆਪਸ਼ਨ ਬਾਰੇ, ਸਾਰੀਆਂ ਗੱਲਾਂ ਕੋਰਸਿਸ ਬਾਰੇ ਵੀ ਚੰਗੇ ਢੰਗ ਨਾਲ ਸਮਝਾਇਆ। ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਸਟੂਡੈਂਟਸ ਦੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।